कारा जी जी हकदार लभण वास्ते बाहर निकले हैं उन्हें रस्ते हैं जो वीरान रस्ते ने बिल्कुल ते इन्हें वीरान रस्ते खौफ भी बड़ा होंदा वा कि कोई वारदात ना हो जाए लेकिन वो जो लोग इन्हें वीरान रस्ते थाने गुजर के कुछ रिज़क कमाते ने ਇੱਥੇ ਆਓ ਸਾਡੇ ਕੋਲ ਤੁਹਾਡੇ ਨਾਲ ਗੱਲਬਾਤ ਕਰੀਏ ਤਰੀ ਤਰ ਉਸ ਤੇ ਕੀ ਨਾਂ ਜੀ ਆਪਣਾ ਸਾਖ ਮੁਹੰਮਦ ਸਾਖ ਪੂਰਾ ਨਾਮ ਲਈਦਾ ਨਾ ਜੀ ਤੇ ਕਿਤੇ ਇੱਧਰ ਦੇਖੋ ਇੱਧਰ ਦੇਖੋ ਇੱਧਰ 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 ਸਾਡੇ ਵੱਲ ਮਤਵਜੋ ਹੋਵੋ ਕੱਲ ਦੇ ਵਿੱਚ ਤੁਸੀਂ ਕੁਝ ਪਾਇਆ ਵੀ ਨਹੀਂ ਤੇ ਸਰਦੀ 'ਚ ਤੁਸੀਂ ਆ ਰਹੇ ਜੇ ਸਾਈਕਲ ਚਲਾ ਕੇ ਆ ਰਹੇ ਜੇ ਤੁਹਾਨੂੰ ਸਰਦੀ ਨਹੀਂ ਲੱਗਦੀ ਹੈਂ ਲੱਗਦੀ ਹੈ ਸਰਦੀ ਤੇ ਕੁਛ ਪਾਇਆ ਨਹੀਂ ਫਿਰ माल्टे किन्नू अमरूद माल्टे किन्नू अमरूद वेच के केड़े पिंड वेच के आए हो किन्ने पैसे वट के आए हो पांच सात सौ बचत किन्नी है दो ढाई सौ बचत होंदी है ते बच्चे किन्ने आ बच्चे को ध्यान करके ना अभी मिलने आए हैं दुख सुख पूछने आए हैं बच्चे किन्ने क्यों शादी नहीं शादी क्यों नहीं की मां प्यो फोत हो गए फोत हो गए किसी ने वाह नहीं किया अच्छा फिर अच्छा उम्र कि 70 साल पैंठ साल उम्र हो गई कारा जी शादी नहीं हुई ते फिर रोटी पानी कौन खवांदा रोटी पानी पहले भतीजे को नहीं रही अच्छा कितने गुजारा करता अच्छा 20 साल हो गए बाद अच्छा हूं ही बस पिंड विच रहने लगा हो गए 2-5 साल अच्छा हो गया ते आप रोटी पकाउंदे हो हां जी आप भी रोटी पकाउंदे हो बड़ी कठिन जिंदगी हो जांदी है ਜਿਆਂ ਬੰਦੇ ਦਾ ਜੀਵਨ ਸਾਥੀ ਜਿਹੜਾ ਉਹ ਮਰ ਜਾਵੇ ਜਾਂ ਜੀਵਨ ਸਾਥੀ ਹੋਵੇ ਹੀ ਨਾ ਹਾਂਜੀ ਹਾਂਜੀ ਉਹ ਸ਼ਾਇਦ ਹੈ ਨਹੀਂ ਉਹ ਬਸ ਆਪਣੇ ਲੈੜਾ ਹੋਵੇ ਮੈਂ ਲੈ ਰਿਹਾ ਉਹ ਆਏ ਲੈਦਾ ਤਾਰੇ ਇਹਨੇ ਰਿਸ਼ਤੇਦਾਰ ਭੈਣ ਭਰਾ ਹੁੰਦੇ ਨੇ ਥਾਂ ਮੇਰਾ ਖਾ ਲਿਆ ਸੀ ਤੀਜਾ ਤੁਹਾਡਾ ਥਾਂ ਤੇ ਕਬਜ਼ਾ ਕਰ ਲਿਆ ਸੀ ਓਏ ਕਿੰਨਾ ਥਾਂ ਸੀਗਾ ਮੇਰਾ ਹੈਗਾ ਸੀ ਕੋਈ 3 ਕੁ ਮਹੀਨੇ ਸੀ ਆ ਉੱਥੇ ਆ ਦੁੱਖ ਦੇ ਉੱਤੇ ਸੀ ਜਿੱਥੇ ਲੰਘ ਕੇ ਆਇਆ ਚਲੋ ਕੋਈ ਗੱਲ ਨਹੀਂ ਅੱਲਾ ਉਹਨਾਂ ਦਾ ਭਲਾ ਕਰੇ ਤੇ ਹੁਣ ਕਿਸੇ ਕੋ ਰਹਿੰਦੇ ਹੋ ਹਾਂਜੀ ਤਾਰਾ ਜੀ ਕਿਸੇ ਕੋ ਰਹਿੰਦੇ ਨੇ ਤੇ ਸਾਰੀ ਦਿਹਾੜੀ ਆ ਸਾਈਕਲ ਤੇ ਸਫ਼ਰ ਕਰਨਾ ਤੇ ਆ ਸਾਈਕਲ ਜਿਹੜਾ ਤੁਹਾਡਾ ਵਾ ਇਥੇ ਬਹੁਤ ਖਸਤਾ ਹਾਲਤ ਟੁੱਟਾ ਆਇਆ ਵਾ ਟੁੱਟਾ ਪਿਆ ਸਾਈਕਲ ਤੇ ਫੇਰ ਤੇ ਕਿਵੇਂ ਚੜ ਕੇ ਆਉਂਦੇ ਹੋ ਬਸ ਇਦਾਂ ਹੀ ਹੋ ਜਾਦਾ ਹਾਂ ਕਦੀ ਹੋਇਆ ਨਹੀਂ ਚੈਨ ਦੇ ਵਿੱਚ ਸਲਵਾਰ ਅੜ ਜੇ ਹੈ ਕੋਈ ਕੁਝ ਹੋ ਜਾਏ ਕਦੀ ਇਦਾਂ ਹੋਇਆ ਚੈਨ ਟੁੱਟ ਗਈ ਹਾਂਜੀ ਫੇਰ ਕੀ ਕਰਦੇ ਤੋੜ ਕੇ ਲਿਆਉਂਦੇ ਹੋ ਬੇਬੇ ਪੈਰਾਂ ਦਾ ਪੈਨਾ ਨਹੀਂ ਹੋਇਆ ਜੀ ਜੀ ਅੱਛਾ ਇਹ ਦੱਸੋ ਮੇਰੀ ਆਵਾਜ਼ ਆ ਰਹੀ ਹੈ ਹਾਂਜੀ ਇਹ ਦੱਸੋ ਕਿ ਕਿਵੇਂ ਫਿਰ ਤੁਹਾਡਾ ਸਿਸਟਮ ਅਗਰ ਇਸ ਤੋਂ ਬਿਹਤਰ ਹੋ ਜਾਵੇ ਹਾਂਜੀ ਤੁਹਾਨੂੰ ਤੁਹਾਡੀ ਸਵਾਰੀ ਜਿਹੜੀ ਆ ਉਹ ਵੀ ਬਦਲ ਦਿੱਤੀ ਜਾਵੇ ਕੋਈ ਨਵੀਂ ਮਿਲ ਜਾਵੇ ਠੀਕ ਹੈ ਜੀ ਤੁਹਾਡੀ ਮਿਹਰਬਾਨੀ ਜੇ ਸਾਨੂੰ ਚਲੋ ਲੱਭ ਜਾਵੇ ਨਾ ਇਹ ਕੋਈ ਲੱਭ ਜਾਵੇ ਅੱਛਾ ਚਲੋ ਆਪਣਾ ਗੁਜ਼ਾਰਾ ਕਰਨਾ ਉਹ ਆਪਣਾ ਪੁੱਤਰ ਅਗਰ ਅੱਲਾਹ ਪਾਕ ਦੀ ਤਰਫੋਂ ਤੁਹਾਨੂੰ ਨਵਾਂ ਸਾਈਕਲ ਮਿਲ ਜਾਵੇ ਹਾਂਜੀ ਫਿਰ ਕੁਝ ਆਸਾਨੀ ਹੋ ਜਾਏਗੀ ਹਾਂਜੀ ਅੱਛਾ ਆੜਾ ਰਸਤਾ ਵਾ ਹਾਂਜੀ ਇਹ ਕਿਹੜੇ ਪਾਸੇ ਜਾਂਦਾ ਇਹ ਜੀ ਡੇਰੇ ਨੂੰ ਜਾਂਦਾ ਵਾ ਡੇਰਾ ਕਿਹੜਾ ਡੇਰੀ ਹੈ ਇੱਥੇ ਆਪਣਾ ਆ ਡੇਰੇ ਹੈ ਜੀ ਉਹ ਛੱਤੀ ਆ ਤੇ ਆ ਜ਼ਮੀਨ ਜਿਹੜੀ ਹੈ ਕਿਹਦੀ ਆ ਇਹ ਛੱਤੀ ਵਾਲੀ ਤੇ ਇਹਦੇ ਵਿੱਚ ਕੀ ਉਗਿਆ ਵਾ ਕੁਝ ਵੀ ਨਹੀਂ ਉਗਿਆ ਬਸ ਇਦਾਂ ਹੀ ਰਹਿੰਦੀ ਹੈ ਲੋ ਪਾਣੀ ਆਇਆ ਸੀ ਤੇ ਇਹ ਸੜਕ ਕਿਹਦੇ ਪਾਸੇ ਜਾਂਦੀ ਆ ਇਹ ਇੱਥੇ ਜਾਂਦੀ ਹੈ ਜੀ ਛੱਤੀ ਨੂੰ ਅੱਗੋਂ ਜਾਂ ਤੇ ਸੇਮ ਜਾਂਦੀ ਹੈ ਜੀ ਉੱਪਰ ਅੱਛਾ 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 ਚਲੋ ਇੱਧਰ ਆਓ ਜ਼ਰਾ ਅੱਛਾ ਆਪਾਂ ਐਂ ਘੁੰਮ ਕੇ ਆਈਏ ਹਾਂ ਆਪਣੇ ਵਾਲੇ ਪਾਸੇ ਓ ਮਾਸ਼ਾਅੱਲਾ ਜੀ ਇਹ ਤੁਹਾਡਾ ਸਾਈਕਲ ਆ ਜੀ ਆ ਨਹੀਂ ਕਿਉਂ ਆ ਨਹੀਂ ਇਹ ਤੁਹਾਡਾ ਤਾਂ ਨਹੀਂ ਆ ਇਹ ਤੇ ਨਹੀਂ ਸਾਈਕਲ ਸੀ ਹਾਂ ਹਾਂ ਠੀਕ ਹੈ ਇਹ ਸੇ ਇਹ ਕੀ ਆ ਸਾਈਕਲ ਨਵਾਂ ਬਣ ਗਿਆ ਨਵਾਂ ਬਣ ਗਿਆ ਹੈ ਠੀਕ ਹੈ ਕਿਹਦਾ ਫੜ ਕੇ ਵੇਖੋ ਭਲਾ ਨਵਾਂ ਹੀ ਆ ਨਵਾਂ ਹੀ ਆ ਜੀ ਉਹ ਫੜ ਕੇ ਤੇ ਵੇਖੋ ਹੈ ਠੀਕ ਹੈ ਹਾਂ ਉਹ ਪਹਿਲਾ ਸਾਈਕਲ ਖਰਾਬ ਸੀ ਨਾ ਇਹ ਤੇ ਵਧੀਆ ਹੋ ਗਿਆ ਹਾਂ ਹਾਂ ਹੈ
ਅੱਲਾ ਪਾਕ ਨੇ ਫੌਰਨ ਦੇ ਦਿੱਤਾ ਸਾਈਕਲ ਹੈ ਅੱਛਾ ਤੇ ਲਿਆ ਜ਼ਫਰ ਅੱਛਾ ਇਧਰ ਮੂੰਹ ਕਰੋ ਹੁਣ ਦੇਖੋ ਕਿ ਤੁਹਾਡੀ ਬੇਟੀ ਤੁਹਾਨੂੰ ਕੀ ਕਰਨ ਲੱਗੀ ਆ ਉਹ ਕਹਿਣ ਲੱਗੀ ਆ ਕਿ ਆਪਣੇ ਸਾਈਕਲ ਨੂੰ ਸੰਭਾਲ ਕੇ ਰੱਖਿਓ ਕੋਈ ਖੋ ਨਾ ਲਵੇ ਠੀਕ ਹੈ ਤੇ ਅੱਲਾ ਪਾਕ ਨੇ ਨਵੀਂ ਸਵਾਰੀ ਦੇ ਦਿੱਤੀ ਹੈ ਹੈ ਇਹ ਦੇਖੋ ਜੀ ਇਹ ਨਵਾਂ ਸੂਟ ਸਿਰਿਆ ਸਿਲਾਇਆ ਤਾਂ ਕੁਦਰਤੀ ਨੂੰ ਵੀ ਜਾਣਾ ਪੈਣਾ ਇਹ ਚਾਦਰ ਗਰਮ ਔਰ ਇਹ ਬੂਟ ਜੇ ਦੇਖੋ ਕਿੰਨੇ ਜ਼ਬਰਦਸਤ ਬੂਟ ਨੇ ਅੱਲਾ ਪਾਕ ਨੇ ਦੇਖੋ ਭਲਾ ਸਹੀ ਹੈ ਫੜ ਕੇ ਦੇਖੋ ਹਾਂ ਸਹੀ ਹੈ ਜੀ ਆ ਜਾਣਗੇ ਨਾ ਹਾਂ ਜੀ ਲੋ ਅੱਜ ਤੇ ਕਿੰਨਾ ਵਧੀਆ ਹੋ ਗਿਆ ਕੰਮ ਆ ਜਾਓ ਫਿਰ ਆ ਜਾਓ ਅੱਲਾ ਪਾਕ ਨੇ ਹੋਰ ਵੀ ਦੇਣਾ ਜੇ ਕੁਛ ਅੱਲਾ ਪਾਕ ਇਧਰ ਆ ਜਾਓ ਉਹ ਹੀ ਸੰਭਾਲ ਲੈ ਇਧਰ ਆਓ ਨਾ ਇਧਰ ਆਓ ਅੱਜ ਅੱਲਾ ਪਾਕ ਦੀ ਤਰਫੋਂ بارش ਹੋ ਰਹੀ ਆ ਐ ਲੋ ਇਹ ਕੀ ਆ ਕਿੰਨੇ ਪੈਸੇ ਆ 10 ਹੈ ਪਤਾ ਹੀ ਨਾ ਵੈਸੇ ਅਕਸਰ ਪਿਛਲੀਆਂ ਪੋਸਟਾਂ ਬਣਾਈਆਂ ਉਹਨਾਂ ਨੇ ਨਹੀਂ ਸੀ ਪਤਾ ਇਹ 10,000 ਦੀ ਕਾਪੀ ਆ ਇੰਜੇ ਜੀ ਪਾਓ ਇਹ ਅੱਲਾ ਪਾਕ ਨੇ ਤੁਹਾਡੇ ਵਾਸਤੇ ਭੇਜੀ ਆ ਔਰ ਇਹਦਾ ਕੀ ਕਰਨਾ ਜੇ ਸਮਾਨ ਇਹਦਾ ਭਰਪੂਰ ਤਰੀਕੇ ਨਾਲ ਫਰੂਟ ਰੱਖ ਕੇ ਤੇ ਫਿਰ ਤੁਸੀਂ ਆਪਣੀ ਮਿਹਨਤ ਕਰਨ ਵਾਸਤੇ ਨਿਕਲਣਾ ਹੈ ਫਿਰ ਵਾਵਾ ਪੈਸੇ ਆਉਣਗੇ ਜਿੰਨਾ ਸਮਾਨ ਹੋਏਗਾ ਓਨੀ ਸੇਲ ਜ਼ਿਆਦਾ ਹੋਏਗੀ ਹੁਣ ਤੇ ਉਹ ਭੱਜੇ ਜਾਂਦੇ ਪਏ ਨੇ ਪਤਾ ਨੀ ਹੁਣ ਇਹਨਾਂ ਨੇ ਭੱਜਣਾ ਵਾ ਅੱਛਾ ਇਹ ਦੱਸੋ ਤਾਲੀਮ ਕਿੰਨੀ ਹਾਸਲ ਕੀਤੀ ਕਿੰਨੀਆਂ ਸਵਾਰੀ ਮਿਲ ਗਈ ਆ ਅੱਲਾ ਪਾਕ ਦਾ ਸ਼ੁਕਰ ਕਰਨਾ ਚਾਹੀਦਾ ਕਿ ਅੱਲਾ ਪਾਕ ਤੇਰਾ ਸ਼ੁਕਰ ਆ ਕਿ ਤੂੰ ਸਾਨੂੰ ਇਹ ਚੀਜ਼ਾਂ ਮੁਹੱਈਆ ਕੀਤੀਆਂ ਮੈਂ ਕਿਹਾ ਬਾਬਾ ਭੱਜ ਨਾ ਜਾਵੇ ਮੈਂ ਕਿਹਾ ਬਾਬਾ ਸਾਈਕਲ ਲੈ ਕੇ ਨਾ ਭੱਜ ਜਾਵੇ ਅੱਛਾ ਇਹ ਤੁਹਾਨੂੰ ਯਕੀਨ ਹੈ ਕਿ ਸਾਈਕਲ ਤੁਹਾਡਾ ਹੋ ਗਿਆ ਹੋ ਗਿਆ ਕਿਤੇ ਇਹ ਨਹੀਂ ਗੱਲ ਕਿ ਸਾਈਕਲ ਲੈ ਕੇ ਮੁੜ ਕੇ ਵਾਪਸ ਲੈ ਲਈਏ ਨਹੀਂ ਕਹਿੰਦੇ ਹਾਂਜੀ 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 ਅੱਛਾ ਅੱਛਾ ਚਲੋ ਜੀ ਅੱਲਾ ਪਾਕ ਦੀ ਅੱਜ ਬਹੁਤ ਬਰਕਤ ਮਿਲੀ ਹੈ ਹੈ ਨਵੀਂ ਸਵਾਰੀ ਹੋ ਗਈ ਆ ਹਾਂਜੀ ਹੋ ਗਈ ਰਾਸ ਵਾਸਤੇ ਪੈਸੇ ਵੀ ਮਿਲ ਗਏ ਨੇ ਹੈ ਤੇ ਅੱਲਾ ਪਾਕ ਦਾ ਸ਼ੁਕਰ ਅਦਾ ਕਰੋ ਨਮਾਜ਼ ਪੜ੍ਹਦੇ ਜੇ ਹਾਂ ਨਮਾਜ਼ ਪੜ੍ਹਿਆ ਕਰੋ ਅੱਲਾ ਪਾਕ ਦਾ ਸ਼ੁਕਰ ਅਦਾ ਕਰਿਆ ਕਰੋ ਜਿਸ ਤਰ੍ਹਾਂ ਅੱਲਾ ਪਾਕ ਨੇ ਤੁਹਾਡੇ ਵਾਸਤੇ ਆਸਾਨੀ ਕੀਤੀ ਹੈ ਨਾ ਇਸੇ ਤਰ੍ਹਾਂ ਤੁਹਾਡੀ ਨਜ਼ਰ 'ਚ ਕੋਈ ਆਉਂਦਾ ਹੈ ਨਾ ਤਾਂ ਤੁਸੀਂ ਉਹਦੇ ਵਾਸਤੇ ਵੀ ਥੋੜ੍ਹੀ ਬਹੁਤ ਜਿਹੜੀ ਹੈ ਨਾ ਅੱਲਾ ਪਾਕ ਦੇ ਦਿੱਤੇ 'ਚੋਂ ਉਹਦੇ ਵਾਸਤੇ ਕੁਛ ਆਸਾਨੀ ਕਰਿਆ ਕਰੋ ਹੁਣ ਕੱਲ੍ਹ ਕਿਤੇ ਮਰੂਦ ਵਿੱਚ ਜਾਓਗੇ ਤੁਹਾਨੂੰ ਬੱਚੇ ਨਜ਼ਰ ਆਉਣਗੇ ਦੋ ਯਤੀਮ ਬੱਚੇ ਜਿਹਨਾਂ ਕੋਲ ਪੈਸੇ ਨਹੀਂ ਹੋਣਗੇ ਉਹਨਾਂ ਮਰੂਦ ਦੇ ਦੋਗੇ ਜੀ ਆਓ ਜੋ ਇਦਾਂ ਹੀ ਹੋਏ ਫਿਰ ਚਲੋ ਦੇਤੇ ਆ ਮਸਾਲ ਜੇ ਅੱਲਾ ਪਾਕ ਨੇ ਅੱਜ ਬਾਰਿਸ਼ ਕੀਤੀ ਹੈ ਨਾ ਫਿਰ ਤੁਹਾਨੂੰ ਵੀ ਕਰਨਾ ਚਾਹੀਦਾ ਠੀਕ ਹੈ ਨਾ ਤੋਰਨੀ ਪੈਂਦੀ ਹਾਂਜੀ ਹਾਂਜੀ ਤੇ ਚਲੋ ਫਿਰ ਇੱਦਾਂ ਕਰੋ ਫਿਰ ਕਿ ਅੱਲਾ ਪਾਕ ਨੇ ਬਹੁਤ ਦਿੱਤਾ ਤੇ ਹੁਣ ਆਪਣੇ ਸਾਈਕਲ ਚੜ ਜਾਓ ਤੇ ਉਹ ਨਾ ਕੋਈ ਪਿੱਛੇ ਬੰਦਾ ਲੱਗ ਜਾਏ ਤੇ ਨਿਕਲ ਜਾਓ ਹਾਂਜੀ ਇਸ ਮੌਕੇ ਤੇ ਤਾਰਾ ਜੀ ਜੀ ਮੈਂ ਗੱਲ ਕਹਿਣਾ ਚਾਹੁੰਦਾ ਕਿ ਕੋਰੋਨਾ ਵਾਇਰਸ ਦੇ 3 ਸਾਲ ਗੁਜ਼ਰ ਗਏ ਨੇ ਤੇ ਬੇਰੋਜ਼ਗਾਰੀ ਆਪਣੀ ਇੰਤਹਾ ਤੇ ਆ ਬੜੀਆਂ ਬੜੀਆਂ ਕੰਪਨੀਆਂ ਫਲੋਪ ਹੋ ਗਈਆਂ ਤੇ ਛੋਟੇ ਦੁਕਾਨਦਾਰ ਉਂਝ ਤਬਾਹ ਹੋ ਗਏ ਜੀ ਬਿਲਕੁਲ ਤੁਸੀਂ ਦੇਖਦੇ ਪਏ ਹੋ ਕਿ ਸਾਨੂੰ ਬਾਹਰ ਲੋਕ ਮਿਲਦੇ ਨੇ ਜਿਹਦੇ ਸਾਈਕਲ ਟੁੱਟੇ ਭੁੱਜੇ ਹੁੰਦੇ ਨੇ ਉਹ ਨਵਾਂ ਪੈਡਲ ਨਹੀਂ ਪਵਾ ਸਕਦੇ ਉਹਨੂੰ ਘੈਂਟੀ ਨਹੀਂ ਲਵਾ ਸਕਦੇ ਉਹ ਆਪਣਾ ਸਾਈਕਲ ਮੁਰੰਮਤ ਕਰਾਉਣ ਕੇ ਆਪਣਾ ਫਰੂਟ ਲੈਣ ਉਹ ਜਿਹੜਾ ਵੇਚਦੇ ਨੇ ਉਹ ਖਾ ਲੈਂਦੇ ਨੇ ਜੀ ਬਿਲਕੁਲ ਤੇ ਬਾਹਰ ਨਿਕਲਿਆ ਕਰੋ ਲੋਕ ਬੜੇ ਮੁਸ਼ਕਲ ਹਾਲਾਤ ਦੇ ਵਿੱਚ ਨੇ ਤੇ ਲੋਕਾਂ ਵਾਸਤੇ ਕੁਛ ਆਸਾਨੀਆਂ ਪੈਦਾ ਕਰੋ ਆਸਾਨੀਆਂ ਪੈਦਾ ਕਰਨ ਦਾ ਕੀ ਤਰੀਕਾ ਯਾਰ ਕਿ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨਿਕਲੋ ਕੋਈ ਗਰੀਬ ਫੇਰੀ ਵਾਲਾ ਨਜ਼ਰ ਆਉਂਦਾ ਵਾ ਕੋਈ ਠੇਲੇ ਵਾਲਾ ਨਜ਼ਰ ਆਉਂਦਾ ਵਾ ਉਹਦੀ ਕੁਛ ਸਪੋਰਟ ਕਰੋ ਕਿ ਉਹ ਥੋੜ੍ਹਾ ਜਿਹਾ ਸਮਾਨ ਹੋਰ ਪਾ ਲਵੇ ਉਹਦੀ ਆਮਦਨ ਵੱਧ ਜਾਵੇ ਉਹਦਾ ਪ੍ਰੋਫਿਟ ਵੱਧ ਜਾਵੇ ਅਤੇ ਹਾਕਰਵਾ ਤਾਂ ਤਾਰਾ ਹਰ ਜਗ੍ਹਾ ਨਹੀਂ ਜਾ ਸਕਦੇ ਅਤੇ ਆਪਣੇ ਆਪਣੇ ਇਲਾਕੇ 'ਚ ਨਿਕਲੋ ਤਾਂ ਕਿ ਇਸ ਪਾਕਿਸਤਾਨ ਨੂੰ ਅਸੀਂ ਖੁਸ਼ਹਾਲ ਬਣਾ ਸਕੀਏ ਸਾਡਾ ਇੱਕੋ ਹੀ ਮਨਸ਼ੂਰ ਆ ਕਿ ਜਬ ਬਦਲੇਗੀ ਇਨਕੀ ਜ਼ਿੰਦਗੀ ਤਬ ਬਦਲੇਗਾ ਪਾਕਿਸਤਾਨ ਆਓ ਮਿਲ ਕੇ ਬਦਲੇ ਆਪਣਾ ਪਾਕਿਸਤਾਨ ਕੀ ਭਲਾ ਆਖਿਆ ਵਾ ਜਬ ਬਦਲੇਗੀ ਇਨਕੀ ਜ਼ਿੰਦਗੀ ਮੁਰਾਦ ਹੈ ਕਿ ਇਹ ਮਤਲਬ ਹੈ ਕਿ ਇਹ ਕਿਹੜਾ ਸ਼ਖਸ ਆ ਐਸੇ ਹਜ਼ਾਰਾਂ ਸ਼ਖਸ ਨੇ ਜਿਹੜੇ ਬੇਪਸੀਨਾ ਸਫੇਦ ਪੋਸ਼ਣ ਜ਼ਿੰਦਗੀ ਗੁਜ਼ਾਰਦੇ ਪਏ ਨੇ ਉਹ ਵਿਚਾਰੇ ਪਤਾ ਨਹੀਂ ਕਦੀ ਰੋਟੀ ਖਾਂਦੇ ਆ ਕਦੀ ਨਹੀਂ ਖਾਂਦੇ ਕਈ ਦਾ ਫਾਕੇ ਕੱਟੇ ਜਾਂਦੇ ਆ ਖੁਦਾ ਦਾ ਵਾਸਤਾ ਉਹਨਾਂ ਵਾਸਤੇ ਕੁਛ ਸੋਚੋ ਉਹਨਾਂ ਵਾਸਤੇ ਕੁਛ ਆਸਾਨੀਆਂ ਪੈਦਾ ਕਰੋ ਆਖਰ ਤੇ ਫਿਰ ਅਸੀਂ ਰਲ ਕੇ ਆਖਾਂਗੇ ਜਬ ਬਦਲੇਗੀ ਇਨਕੀ ਜ਼ਿੰਦਗੀ ਤਾਂ ਬਦਲੇਗਾ ਪਾਕਿਸਤਾਨ ਆਓ ਮਿਲ ਕੇ ਬਦਲੇ ਆਪਣਾ ਪਿਆਰਾ ਪਾਕਿਸਤਾਨ ਪਾਕਿਸਤਾਨ ਤੇ ਬਹੁਤ ਸ਼ੁਕਰੀਆ
खुश हो गया इंज मिलन दे पीर नु मिलन दे ने अल्लाह पाक ने भेजा सब कुछ ठीक है।